वेलकम टू पंजाबी कॉन्फ्रेंस पुबा दे ज़ेरे तमाम अजैब सिंह चट्टा साहब हर साल दो रोज़ा कॉन्फ्रेंस मुनक्कद करते हैं, अज इहदा दूसरा दिन है और इहदे विच असीं सारे पंजाबियों जिहड़े यूनिवर्सली रहिंदे ने और अपने अपने कल्चर और जुबान दे नाल जुड़े हुए ने उन्होंने एक इकट्ठ का मौका मिलता है, एक दूसरे के नाल अपनी अपनी जिंदगी दे तजर्बात नूं शेयर करन दा मौका मिलता है। ये नाल नाल पंजाब दे कल्चर लिटरेचर और आर्ट दे हवाले च पंजाबियों का ओवरसीज़ कॉन्ट्रीब्यूशन और उहदे नाल नाल उहनां दी उहदे नाल जुड़त ए सब चीज़ां इस कॉन्फ्रेंस दे विच बहुत अहम ने। अज दा कम्यूनिटी राउंड अप तुहाडे लई लिया रहे हां टैग टीवी दे विच और मैं वहां हलीमा सादिया। अज असीं पंजाबी साहित दे नाल इत्थे मौजूद हाँ और इहदे करता दरता अजैब सिंह चट्टा साहब साडे कोल मौजूद ने। उह सानूं दस्सणगे कि उहनां दी नवीं काविश पंजाबी दे सिलसिले विच की है और अज दी है जिहड़ी दो रोज़ा कॉन्फ्रेंस अपने आखिरी दिन च इस सारे दा मकसद की है। ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ ਅੱਜ ਇੰਟਰਨੈਸ਼ਨਲ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈਗਾ ਵਾ ਇਹ 19 ਤੇ 20 ਨੂੰ। ਇਹਦਾ ਜਿਹੜਾ ਮਕਸਦ ਸਿਰਫ ਇਹ ਆ ਵੀ ਪੰਜਾਬੀ ਭਾਸ਼ਾ ਦਾ ਭਵਿੱਖ ਕੀ ਹੈਗਾ ਅਤੇ ਉਹਦੇ ਲਈ ਅੱਜ ਅਸੀਂ ਗੱਲ ਕਰਾਂਗੇ। ਇਹਦੇ ਵਿੱਚ ਸਾਡੇ ਕੋਲ ਦੋ ਪ੍ਰੋਫੈਸਰ ਸਾਹਿਬਾਨ ਪੰਜਾਬ ਤੋਂ ਇੰਡੀਆ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਨੇ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਵਿਨੋਦ ਜੀ। ਚੱਟਾ ਸਾਹਿਬ ਨੂਰੀ ਕਹਿਦਾ ਜਿਹੜਾ ਤੁਸੀਂ ਇੰਟਰੋਡਿਊਸ ਕਰਵਾਇਆ ਹੈ ਥੋੜ੍ਹੀ ਜਿਹੀ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਵਿੱਚ ਰਾਏ ਦਿਓ। ਉਹ ਕਹਿਦਾ ਹੈ ਨੂਰ ਜਿਹੜਾ ਕਿ ਸਮਝ ਆਉਂਦਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀਗਾ ਵੀ ਮਾਤ ਭਾਸ਼ਾ ਦੇ ਵਿੱਚ ਉਹਨਾਂ ਨੇ ਗੁਰਮੁਖੀ ਵੀ ਉਰਦੂ ਵੀ ਫਾਰਸੀ ਵੀ ਅਤੇ ਉਸ ਵੇਲੇ ਦਾ ਹਿਸਾਬ ਵੀ ਸਿਖਾਲਿਆ ਸੀਗਾ ਉਹਨਾਂ ਨੇ ਮਾਤ ਭਾਸ਼ਾ ਵਿੱਚ। ਉਹ ਕਹਿਦਾ ਅੰਗਰੇਜ਼ਾਂ ਦੇ ਰਾਜ ਆਉਣ ਤੋਂ ਬਾਅਦ ਖਤਮ ਹੋ ਗਿਆ, ਅਸੀਂ ਉਹਦੇ ਪੈਟਰਨ 'ਤੇ ਹੁਣ ਅਸੀਂ ਨਵਾਂ ਕਾਇਦਾ ਜਿਹੜਾ ਰਿਲੀਜ਼ ਕੀਤਾ ਕਾਇਦਾ ਨੂਰ 21ਵੀਂ ਸਦੀ, ਉਹਦੇ ਵਿੱਚ ਚਾਰ ਭਾਸ਼ਾਵਾਂ ਨੂੰ ਸਿਖਾਉਣ ਦਾ ਢੰਗ ਤਰੀਕੇ ਹੈਗੇ ਆ। ਸਭ ਤੋਂ ਪਹਿਲਾਂ ਗੁਰਮੁਖੀ, ਸ਼ਾਹਮੁਖੀ, ਅੰਗਰੇਜ਼ੀ ਅਤੇ ਹਿੰਦੀ। ਜਿਹੜੇ ਬੰਦੇ ਨੂੰ ਇੱਕ ਵੀ ਭਾਸ਼ਾ ਆਉਂਦੀ ਹੈਗੀ ਆ ਉਹ ਦੂਸਰੀਆਂ 3 ਭਾਸ਼ਾਵਾਂ ਆਪਣੀ ਮਾਤ ਭਾਸ਼ਾ ਦੇ ਰਾਹੀਂ ਸਿੱਖ ਸਕਦਾ ਹੈਗਾ। ਇਹ ਚਾਰ ਭਾਸ਼ਾਵਾਂ ਉਹਦੇ ਨਾਲ ਨੈਤਿਕਤਾ, ਅਖਲਾਕ ਅਤੇ ਜਿਹੜਾ ਆਮ ਗਿਆਨ ਹੈਗਾ ਵਾ ਅਤੇ ਪੰਜਾਬ ਬਾਰੇ ਗਿਆਨ ਉਹ ਵੀ ਇਹਦੇ ਵਿੱਚ ਪਾਇਆ ਹੈਗਾ ਵਾ। ਇੱਕ ਸਲੀਕਾ, ਇੱਕ ਦੂਜੇ ਨੂੰ ਮਿਲਣਾ ਵਰਤਣਾ ਕਿੱਦਾਂ ਹੈਗਾ ਵਾ, ਇਹ ਬਹੁਤ ਜ਼ਰੂਰੀ ਸੀਗਾ। ਅੱਜ ਕੱਲ੍ਹ ਕਿਸੇ ਨੇ BA ਕੀਤੀ ਹੋਵੇ, MA ਕੀਤੀ ਹੋਵੇ, ਜਦੋਂ ਉਹਨਾਂ ਨੂੰ ਬੇਸਿਕ ਪੁੱਛ ਲਓ ਵੀ ਤੁਸੀਂ ਅਲਫਾਬੈਟਸ ਦੱਸ ਦਿਓ ਗੁਰਮੁਖੀ ਦੇ, ਸ਼ਾਹਮੁਖੀ ਦੇ, ਹਿੰਦੀ ਦੇ, ਅੰਗਰੇਜ਼ੀ ਦੇ, ਸਾਰੇ ਦੱਸ ਦਿੰਦੇ ਆ। ਅੰਗਰੇਜ਼ੀ ਦਾ ਸਾਰਿਆਂ ਨੂੰ ਪਤਾ ਵੀ 26 ਹੈਗੇ ਆ, ਨਾ ਤਾਂ ਕਿਸੇ ਨੂੰ ਗੁਰਮੁਖੀ ਦਾ ਪਤਾ ਲੱਗਦਾ, ਨਾ ਹਿੰਦੀ ਦਾ ਅਤੇ ਨਾ ਸ਼ਾਹਮੁਖੀ ਦੇ। ਇਸ ਕਰਕੇ ਅਸੀਂ ਉਹ ਮਾਤ ਭਾਸ਼ਾ ਵਿੱਚ ਸਿਖਾਉਣ ਲਈ ਪਾਇਆ। ਮੇਰੇ ਖਿਆਲ ਇੱਕ ਇਹ ਪੰਜਾਬੀਆਂ ਲਈ ਐਜੂਕੇਸ਼ਨ ਸਿਸਟਮ ਬਹੁਤ ਵੱਡਾ ਇਨਕਲਾਬ ਹੋਊਗਾ। ਮੇਰੇ ਨਾਲ ਮੌਜੂਦ ਨੇ ਇੰਡੀਆ ਤੋਂ ਆਏ ਹੋਏ ਪ੍ਰਾਹੁਣੇ ਡਾਕਟਰ ਸਾਹਿਬ, ਉਹ ਤੁਹਾਡੇ ਨਾਲ ਗੱਲ ਕਰਨਗੇ ਕਿ ਉਹ ਇਸ ਦੀ ਇਸ ਕਾਨਫਰੰਸ ਦੇ ਬਾਰੇ ਵਿੱਚ ਕੀ ਗੱਲਾਂ ਜਿਹੜੀਆਂ ਨੇ ਉਹ ਸੋਚਦੇ ਨੇ ਔਰ ਕਿਹੜੀ ਚੀਜ਼ ਹੈ ਜਿਹੜੀ ਕਿ ਜ਼ਰੂਰੀ ਹੈ ਪੰਜਾਬੀ ਜ਼ੁਬਾਨ ਔਰ ਕਲਚਰ ਵਾਸਤੇ। ਮੈਂ ਡਾਕਟਰ ਗੁਰਮੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਤੋਂ ਆਇਆ ਉਚੇਚੇ ਤੌਰ ਦੇ ਉੱਤੇ। ਬਹੁਤ ਵੱਡਾ ਜੋ ਕੈਨੇਡਾ ਵਿੱਚ ਸਾਡੇ ਪੰਜਾਬੀ ਭਾਈਚਾਰੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੇ ਹਵਾਲੇ ਦੇ ਨਾਲ, ਸੋ ਇਹ ਇੱਕ ਤਰ੍ਹਾਂ ਨਾਲ ਸੰਯੁਕਤ ਪੰਜਾਬੀ ਸਮਾਜ ਦੇ ਵਿਕਾਸ, ਭਾਸ਼ਾ ਦੇ ਵਿਕਾਸ ਦਾ ਬਹੁਤ ਨਿੱਘਰ ਉਪਰਾਲਾ ਹੈ। ਮੈਨੂੰ ਇੱਥੇ ਪਹੁੰਚਣ 'ਤੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਅਸੀਂ ਸਾਰੇ ਜਣੇ ਵੱਧ ਤੋਂ ਵੱਧ ਗੱਲਬਾਤ ਦੇ ਰਾਹੀਂ, ਸੰਵਾਦ ਦੇ ਰਾਹੀਂ ਅੱਗੇ ਜਾਵਾਂਗੇ ਕਿਵੇਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਯੋਗਦਾਨ ਜਿਹੜਾ ਉਹ ਪਾਇਆ ਜਾ ਸਕਦਾ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਡਾਕਟਰ ਵਿਨੋਦ ਕੁਮਾਰ ਜੀ, ਜਿਹੜੇ ਪੰਜਾਬੀ ਯੂਨੀਵਰਸਿਟੀ ਤੋਂ ਤਸ਼ਰੀਫ ਲਿਆਏ ਨੇ ਔਰ ਅਸੀਂ ਉਹਨਾਂ ਨਾਲ ਅੱਜ ਦੀ ਇਸ ਕਾਨਫਰੰਸ ਦੇ ਬਾਰੇ ਵਿੱਚ ਥੋੜ੍ਹੀ ਜਿੰਨੀ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਸਰਦਾਰ ਅਜੈਬ ਸਿੰਘ ਚੱਠਾ ਜੀ ਨੇ ਅੱਜ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ, ਉਹਦੇ ਵਿੱਚ ਐਜ਼ ਅ ਸਪੀਕਰ ਪਾਰਟੀਸਪੇਟ ਕਰਨਾ ਆ ਅਤੇ ਮੇਰਾ ਮੁੱਖ ਫੋਕਸ ਹੈ ਜਿਹੜਾ ਇਸ ਗੱਲ ਦੇ ਉੱਤੇ ਕੇਂਦਰਿਤ ਹੋਏਗਾ ਕਿ ਅਸੀਂ ਸਾਡੀ ਜਿਹੜੀ ਵਿਚਾਰ ਹੈ ਵੀ ਉਹ ਕਿਸ ਤਰ੍ਹਾਂ ਉਤਪੰਨ ਹੁੰਦੇ ਨੇ ਅਤੇ ਸਾਡੀ ਮਾਂ ਬੋਲੀ ਦੇ ਵਿੱਚ ਅਸੀਂ ਵਿਚਾਰਾਂ ਨੂੰ ਕਿਸ ਤਰ੍ਹਾਂ ਬਹੁਤ ਵਧੇਰੇ ਉਸਾਰੂ ਬਣਾ ਸਕਦੇ ਹਾਂ, ਉਹਦੇ ਉੱਤੇ ਫੋਕਸ ਰਹੂਗਾ। ਅਤੇ ਨਾਲੋਂ ਨਾਲ ਜਿਹੜੀ ਸਾਡੀ ਐਜੂਕੇਸ਼ਨ ਹੈ, ਸਿੱਖਿਆ ਹੈ, ਉਹਦੇ ਵਿੱਚ ਪੰਜਾਬੀ ਜਾਂ ਸਾਡੀ ਮਾਂ ਬੋਲੀ ਦਾ ਕੀ ਯੋਗਦਾਨ ਹੋ ਸਕਦਾ, ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ। ਅਤੇ ਉਮੀਦ ਹੈ ਕਿ ਅਸੀਂ ਇਸ ਤੁਹਾਡੇ ਪੰਜਾਬੀ ਭਾਈਚਾਰੇ ਦੇ ਸਾਰੇ ਐਫਰਟ ਦੇ ਵਿੱਚ ਅਸੀਂ ਕੋਈ ਉਸਾਰੂ ਰੋਲ ਨਿਭਾ ਸਕਾਂਗੇ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਇੰਗਲਿਸ਼ ਲਿਟਰੇਚਰ ਦੀ, ਅੰਗਰੇਜ਼ੀ ਜ਼ੁਬਾਨ ਦੇ ਬਾਰੇ 'ਚ, ਅਤੇ ਕੀ ਤੁਸੀਂ ਇਹ ਨਹੀਂ ਸਮਝਦੇ ਕਿ ਜ਼ੁਬਾਨਾਂ ਇੱਕ ਦੂਸਰੇ ਨੂੰ ਦਰਅਸਲ ਸਮਝਣ 'ਚ ਔਰ ਇੱਕ ਦੂਸਰੇ ਦੀ ਕਲਚਰ ਨੂੰ ਅੰਡਰਸਟੈਂਡਿੰਗ 'ਚ ਬਹੁਤ ਜ਼ਿਆਦਾ ਕੁਛ ਇੱਕ ਜਿਹਾ ਹੀ ਹੁੰਦਾ ਹੈ ਉਹਨਾਂ 'ਚ ਜਿਹੜਾ ਕਿ ਸਿਰਫ ਕਲਚਰਲ ਇੰਟਰਪ੍ਰੀਟੇਸ਼ਨ ਦੇ ਨਾਲ ਬਦਲਦਾ ਹੈ, ਤੁਸੀਂ ਕੀ ਕਹੋਗੇ? ਜੋ ਮੇਰੀ ਸਮਝ ਹੈ ਜੀ, ਉਹ ਇਹ ਹੈ ਕਿ ਜ਼ੁਬਾਨ ਕੋਈ ਵੀ ਹੈ,
ਸਾਡਾ ਮਸਲਾ ਜਿਹੜਾ ਜੀਵਨ ਨੂੰ ਸਮਝਣ ਸਮਝਾਉਣ ਅਤੇ ਹੋਰ ਉਸਾਰੂ ਬਣਾਉਣ ਦਾ ਹੈ, ਜਿਸ ਦੇ ਵਿੱਚ ਜਵਾਨਾਂ ਦਾ ਆਪਸ ਦੇ ਵਿੱਚ ਇੰਟਰੈਕਸ਼ਨ ਹੈ ਜੋ ਉਹ ਇੱਕ ਉਸਾਰੂ ਰੋਲ ਨਿਭਾ ਸਕਦਾ। ਇਸੇ ਕਰਕੇ ਮੈਂ ਮਤਲਬ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਬੋਲੀ ਨੂੰ ਆਪਣੀ ਮਾਂ ਮੰਨਦਾ, ਅਤੇ ਉਸ ਤੋਂ ਬਾਅਦ ਅੰਗਰੇਜ਼ੀ ਦੇ ਵਿੱਚ ਅਸੀਂ ਪੜ੍ਹਿਆ ਸਿੱਖਿਆ ਦੁਨੀਆ ਬਾਰੇ ਜਾਣਿਆ, ਉਹ ਜਿਹੜਾ ਸਾਰਾ ਸੁਮੇਲ ਹੈ ਸੁਮੇਲ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਵਿੱਚ ਕੰਮ ਆਉਂਦਾ ਹੈ। ਅਤੇ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਜ਼ਬਾਨਾਂ ਦੀ ਆਪਸ ਦੇ ਵਿੱਚ ਸਾਂਝ ਹੋਵੇ ਅਤੇ ਅਸੀਂ ਇੱਕ ਦੂਸਰੇ ਕੋਲੋਂ ਸਿੱਖ ਸਕੀਏ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਧੰਨਵਾਦ ਜੀ। ਪੰਜਾਬੀ ਭਾਸ਼ਾ ਕਲਚਰ ਔਰ ਇੱਕ ਔਰਤ ਦੇ ਤੌਰ 'ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਹੜਾ ਪੰਜਾਬੀ ਕਲਚਰ ਹੈਗਾ ਆ, ਮੈਂ ਇਹ ਦੱਸਣਾ ਚਾਹੁੰਦੀ, ਫਸਟ ਆਫ ਆਲ ਮਾਈ ਨੇਮ ਇਜ਼ ਰਿੱਕੀ ਗਾਂਗਨਾ, ਆਮ ਆਂਟਰਪ੍ਰਨੋਰ ਐਜ਼ ਅ ਵੂਮਨ ਬਿਲੋਂਗਿੰਗ ਟੂ ਪੰਜਾਬੀ ਫੈਮਿਲੀ। ਪੰਜਾਬੀ ਕਲਚਰ ਜਿਹੜਾ ਹੈਗਾ ਆ, ਆਪਾਂ ਇੰਨੀ ਦੂਰ ਰਹਿੰਦੇ ਪੰਜਾਬ ਤੋਂ, ਸੋ ਅੰਡਰਸਟੈਂਡ ਕਰਨਾ ਕਲਚਰ ਬਹੁਤ ਜ਼ਿਆਦਾ ਇੰਪੋਰਟੈਂਟ ਆ। ਆਈ ਵਾਜ਼ ਬ੍ਰੌਟ ਅਪ ਇਨ ਇੰਗਲੈਂਡ, ਮੈਨੂੰ ਪਤਾ ਆ ਕਿ ਕਿੰਨਾ ਚੈਲੇਂਜਿੰਗ ਸੀਗਾ ਸਾਡੇ ਵਾਸਤੇ ਔਰ ਆਪਣੇ ਬੱਚਿਆਂ ਲਈ ਕਿੰਨਾ ਚੈਲੇਂਜਿੰਗ ਆ। ਇਹ ਜਿਹੜਾ ਕਾਇਦਾ ਨੂਰ ਰਿਲੀਜ਼ ਹੋ ਰਿਹਾ ਆ, ਦਿਸ ਇਜ਼ ਵਨ ਆਫ ਦ ਐਸੈਟਸ ਕਹਿ ਸਕਦੇ ਆਪਣੀ ਜਿਹੜੀ ਕਮਿਊਨਿਟੀ ਵਾਸਤੇ ਹੈਗਾ ਆ, ਨੋਟ ਜਸਟ ਫੋਰ ਪੰਜਾਬੀ ਕਮਿਊਨਿਟੀ, ਫੋਰ ਹਿੰਦੂ ਕਮਿਊਨਿਟੀ, ਈਵਨ ਫੋਰ ਇਸਲਾਮਿਕ ਕਮਿਊਨਿਟੀ ਐਜ਼ ਵੈਲ। ਕਿਉਂ? ਕਿਉਂਕਿ ਉਹਦੇ ਵਿੱਚ ਦੱਸਿਆ ਆ ਕਿ ਅਸੀਂ ਜਿਹੜੇ ਹੈਗੇ ਹਾਂ ਐਜ਼ ਅ ਕਮਿਊਨਿਟੀ, ਕਿੰਨੀ ਪੁਰਾਣੀ ਸਾਡੀ ਮਤਲਬ ਹਿਸਟਰੀ ਹੈਗੀ ਆ, ਥਾਊਜ਼ੈਂਡਸ ਆਫ ਈਅਰਸ ਤੋਂ, ਵੀ ਅਸੀਂ ਕਿੰਨਾ ਐਜੂਕੇਸ਼ਨ ਨੂੰ ਕਿੰਨੀ ਇੰਪੋਰਟੈਂਸ ਦਿੰਦੇ ਹੈਗੇ ਹਾਂ। ਬਿਕੋਜ਼ ਇਹ ਜਿਹੜਾ ਓਰਿਜਨਲੀ ਕ੍ਰੀਏਟ ਕੀਤਾ ਸੀਗਾ, ਉਹ ਕਹਿੰਦੇ ਸੀਗੇ ਕਿ ਇਹ ਜਿਹੜਾ ਕਾਇਦਾ ਨੂਰ ਹੈਗਾ ਆ ਕਿ ਜਿਹੜੀ ਲੇਡੀਜ਼ ਹੈਗੀਆਂ ਆ, ਜਿਹੜੀਆਂ ਈਵਨ ਦੇ ਆਰ ਨੋਟ ਪ੍ਰੋਫੈਸ਼ਨਲਸ ਹੋਮ, ਜਿਹੜੀਆਂ ਘਰ ਰਹਿੰਦੀਆਂ ਹੈਗੀਆਂ ਆ, ਉਹਨਾਂ ਨੂੰ ਵੀ ਐਜੂਕੇਸ਼ਨ ਹੋਣੀ ਚਾਹੀਦੀ ਹੈਗੀ ਆ, ਐਂਡ ਦਿਸ ਇਜ਼ ਦ ਮੋਸਟ ਇੰਪੋਰਟੈਂਟ ਥਿੰਗ। ਇਸ ਕਰਕੇ ਇਹਨੂੰ ਜਿਹੜਾ ਹੈਗਾ ਆ ਇੰਪੋਰਟੈਂਸ ਦਿਓ, ਆਪਣੇ ਬੱਚਿਆਂ ਨੂੰ ਇਹ ਅਵੇਅਰ ਕਰੋ ਕਿ ਇਹ ਹੈ ਕੀ ਆ। ਟੂ ਟੈਲ ਯੂ ਦ ਟਰੂਥ, ਆਈ ਡੈਂਟ ਨੋ ਦੈਟ ਬਿਫੋਰ, ਵੀ ਇਹ ਕੀ ਚੀਜ਼ ਹੈਗੀ ਆ। ਸੋ ਇਟਸ ਵੈਰੀ ਇੰਪੋਰਟੈਂਟ ਐਜ਼ ਅ ਵੂਮਨ, ਚਿਲਡਰਨ, ਦੈਨ ਦ ਫਾਦਰ। ਸੋ ਇਟਸ ਇੰਪੋਰਟੈਂਟ ਕਿ ਜਿਹੜੀ ਮਦਰ ਹੈ ਉਹਨੂੰ ਅਵੇਅਰ ਹੋਣਾ ਚਾਹੀਦਾ ਕਿ ਸਾਡੀ ਜਿਹੜੀ ਆ ਕਲਚਰਲ ਵੈਲਿਊਜ਼ ਕੀ ਹੈਗੀਆਂ ਆ। ਇੱਕ ਵਾਰੀ ਵੂਮਨ ਨੂੰ ਪਤਾ ਲੱਗੇਗਾ, ਵਾਈਫ ਨੂੰ, ਮਦਰ ਨੂੰ ਪਤਾ ਲੱਗੇਗਾ, ਤਾਂ ਹੀ ਤੁਸੀਂ ਐਜੂਕੇਟ ਕਰ ਸਕਦੇ ਹਾਂ, ਐਂਡ ਦੈਟ ਗੋਜ਼ ਔਨ ਫੋਰ ਨਿਊ ਜਨਰੇਸ਼ਨਸ। ਵਰਲਡ ਪੰਜਾਬੀ ਕਾਨਫਰੰਸਾਂ ਦੀ ਲੜੀ ਜਿਹੜੀ ਹੈਗੀ ਆ ਉਹਨੂੰ ਅਸੀਂ ਜਾਰੀ ਰੱਖਿਆ, ਔਰ ਅੱਜ ਵੀ ਜਿਹੜਾ ਸਾਡਾ ਇੰਟਰਨੈਸ਼ਨਲ ਸੈਮੀਨਾਰ ਹੋ ਰਿਹਾ, ਇਹ ਉਹਨਾਂ ਦੀ ਇੱਕ ਕੜੀ ਹੈਗੀ ਆ, ਅਤੇ ਅਸੀਂ ਪੰਜਾਬੀ ਲਈ ਵੱਧ ਤੋਂ ਵੱਧ ਜਿਹੜਾ ਆਪਣਾ ਯੋਗਦਾਨ ਪਾ ਰਹੇ ਹਾਂ, ਔਰ ਬਾਕੀ ਵੀ ਸਾਰਿਆਂ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਾਂ। ਜਿਹੜਾ ਹਿਸਟੋਰੀਕਲ ਸਟੈਪ ਮੈਂ ਸਮਝਦੀ ਹਾਂ, ਉਹ ਨੂਰੀ ਕਾਇਦਾ ਜਿਹੜਾ ਤੁਸੀਂ ਕਰ ਰਹੇ ਹੋ, ਅਤੇ ਕਾਇਦਾ ਨੂਰ ਉਹਦੇ ਬਾਰੇ 'ਚ ਕੁਛ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਪਲੀਜ਼। ਬਿਲਕੁਲ ਜੀ, ਕਾਇਦਾ ਨੂਰ ਜਿਹੜਾ ਹੈਗਾ ਉਹ ਬਣ ਕੇ ਤਿਆਰ ਹੋ ਗਿਆ ਆ, ਔਰ ਇਹ ਇੱਕ ਬਹੁਤ ਵੱਡੀ ਉਪਲਬਧੀ ਹੈਗੀ ਆ, ਕਿਉਂਕਿ ਚਾਰ ਭਾਸ਼ਾਵਾਂ ਦੇ ਵਿੱਚ ਪਹਿਲਾਂ ਸ਼ਾਇਦ ਇਸ ਤਰ੍ਹਾਂ ਦੀ ਕੋਈ ਵੀ ਬੁੱਕਸ ਤੁਹਾਨੂੰ ਨਹੀਂ ਮਿਲਦੀ ਜਿਹਨੂੰ ਤੁਸੀਂ ਪੜ੍ਹ ਕੇ ਇੱਕ ਭਾਸ਼ਾ ਜੀ ਤੁਹਾਨੂੰ ਆਉਂਦੀ ਆ, ਦੂਸਰੀਆਂ ਜਿਹੜੀਆਂ ਉਹ ਭਾਸ਼ਾ ਦਾ ਗਿਆਨ ਲੈ ਸਕਦੇ ਹਾਂ, ਔਰ ਇਹ ਇੱਕ ਬਹੁਤ ਹੀ ਵੱਡਾ ਕਦਮ ਹੈ ਜੀ। ਅੱਜ ਦੀ ਦੋ ਰੋਜ਼ਾ ਕਾਨਫਰੰਸ ਦੇ ਆਖਰੀ ਦਿਨ 'ਚ ਇੰਨੀ ਸਾਰੀ ਪੰਜਾਬੀ ਦੀ ਖਿਦਮਤ ਹੋਈ ਹੈ ਔਰ ਬਹੁਤ ਸਾਰੇ ਕੰਮ ਹੋਏ ਨੇ, ਇਹਦੇ ਬਾਰੇ 'ਚ ਤੁਹਾਡੀ ਕੀ ਰਾਏ? ਦੇਖੋ ਜੀ, ਚੱਠਾ ਸਾਹਿਬ ਨੇ ਔਰ ਪੱਬਾ ਨੇ ਜਿਹੜਾ ਵਰਲਡ ਪੰਜਾਬੀ ਕਾਨਫਰੰਸ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ, ਇਹ ਪੰਜਾਬੀਆਂ ਨੂੰ ਜੋੜਨ ਦੀ ਇੱਕ ਬਹੁਤ ਵਧੀਆ ਕੋਸ਼ਿਸ਼ ਹੈਗੀ ਹੈ, ਔਰ ਇਸੇ ਹੀ ਵਰਲਡ ਪੰਜਾਬੀ ਕਾਨਫਰੰਸ ਦੇ ਸਿਲਸਿਲੇ 'ਚ ਹੀ ਚੱਠਾ ਸਾਹਿਬ ਸਾਰਾ ਸਾਲ ਕੋਈ ਨਾ ਕੋਈ ਛੋਟੀਆਂ ਮੋਟੀਆਂ ਮੀਟਿੰਗਾਂ ਕਰਦੇ ਰਹਿੰਦੇ ਨੇ ਔਰ ਬੰਦਿਆਂ ਨੂੰ ਜੋੜਦੇ ਰਹਿੰਦੇ ਨੇ। ਮੈਂ ਸਮਝਦਾ ਕਿ ਪੰਜਾਬੀਆਂ ਨੂੰ ਜਿਹੜਾ ਇੱਕ ਦੂਜੇ ਨਾਲ ਜੋੜਨਾ, ਭਾਵੇਂ ਉਹ ਪੰਜਾਬੀ ਪਾਕਿਸਤਾਨੀ ਸਾਈਡ ਦੇ ਹੋਵਣ, ਚਾਹੇ ਉਹ ਮੁਸਲਿਮ ਹੋਵਣ, ਹਿੰਦੂ ਪੰਜਾਬੀ ਹੋਵਣ, ਸਿੱਖ ਪੰਜਾਬੀ ਹੋਵਣ ਔਰ ਕ੍ਰਿਸ਼ਨ ਪੰਜਾਬੀ ਹੋਵਣ, ਚੱਠਾ ਸਾਹਿਬ ਦਾ ਕਮਾਲ ਇੱਕ ਸਾਰੇ ਪੰਜਾਬੀਆਂ ਨੂੰ ਧਰਮ ਤੋਂ ਉੱਤੇ ਵੇਖਦੇ ਹੋਏ ਉਹਨਾਂ ਸਭ ਨੂੰ ਪੰਜਾਬੀਅਤ ਦੀ ਬਿਨਾਹ ਦੇ ਉੱਤੇ ਜੋੜਦੇ ਨੇ ਔਰ ਉਸ ਮੈਸੇਜ ਨੂੰ ਅੱਗੇ ਲੈ ਕੇ ਚੱਲਦੇ ਨੇ ਕਿ ਕਿਵੇਂ ਪੰਜਾਬੀ ਕਲਚਰ, ਜ਼ੁਬਾਨ ਅਤੇ ਉਹਦਾ ਜਿਹੜਾ ਵਸੇਬ ਹੈ ਨਾ, ਉਹ ਇੱਕ ਦੂਜੇ ਦੇ ਨਾਲ ਅੱਗੇ ਵਧੇ, ਫੁੱਲੇ ਅਤੇ ਫੁੱਲੇ। ਇਹ ਜਿਹੜੀ ਆਪਾਂ ਵਰਲਡ ਪੰਜਾਬੀ ਕਾਨਫਰੰਸ ਕਰਵਾ ਰਹੇ ਹਾਂ ਅਜੈਬ ਸਿੰਘ ਚੱਠਾ ਦੀ ਜਿਹੜੀ ਔਰਗਨਾਈਜੇਸ਼ਨ, ਇਹਦੇ ਨਾਲ ਜਿਹੜੇ ਸਾਰੇ ਪੰਜਾਬੀ ਵਰਲਡ ਵਾਈਡ ਇੱਥੇ ਆਪਣੀਆਂ ਕਾਨਫਰੰਸਿਸ ਹੁੰਦੀਆਂ ਉਹਦੇ ਵਿੱਚ ਆਉਂਦੇ ਨੇ, ਇੱਕ ਦੂਸਰੇ ਨੂੰ ਮਿਲਣ ਦਾ ਆਪਾਂ ਨੂੰ ਮੌਕਾ ਮਿਲਦਾ ਆ, ਅਤੇ ਹੋਰ ਦੂਸਰੀਆਂ ਕਮਿਊਨਿਟੀਜ਼ ਨੂੰ ਵੀ ਆਪਾਂ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਕਿ ਜੋ ਵੀ ਸਾਡੀਆਂ ਔਰਗਨਾਈਜੇਸ਼ਨਸ ਹੋ ਰਹੀਆਂ ਇਹ ਕਿ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ, ਆਪਣਾ ਆਉਣ ਵਾਲੀਆਂ ਜਨਰੇਸ਼ਨਸ ਲਈ ਵੀ ਆਪਾਂ ਇਸ ਨੂੰ ਪ੍ਰਮੋਟ ਕਰ ਰਹੇ ਹਾਂ, ਅਤੇ ਮੇਨ ਆਪਣਾ ਜਿਹੜਾ ਮਕਸਦ ਇਹਦੇ ਪਿੱਛੇ ਇਹੀ ਹੈ ਕਿ ਇਸ ਨੂੰ ਪੰਜਾਬੀ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਅਤੇ ਸਾਰਿਆਂ ਨੂੰ ਇਸ ਬਾਰੇ ਦੱਸਿਆ ਜਾਵੇ। ਪੰਜਾਬੀ ਵਰਲਡ ਕਾਨਫਰੰਸ ਔਰ ਤਿਆਰਾ ਸਾਹਿਬ, ਇਹ ਸਾਡੇ ਬਹੁਤ ਹੀ ਵੱਡੇ ਸੂਝਵਾਨ ਨੇ ਜਿਹੜੇ ਹਮੇਸ਼ਾ ਪੰਜਾਬੀਆਂ ਦੇ ਬਾਰੇ 'ਚ ਬਹੁਤ ਹੀ ਦਰਦਮੰਦ ਦਿਲ ਰੱਖਦੇ ਨੇ। ਇਹਨਾਂ ਦਾ ਕੰਟਰੀਬਿਊਸ਼ਨ ਔਰ ਇਹਨਾਂ ਦੀ ਪੰਜਾਬੀ ਦੇ ਬਾਰੇ ਵਿੱਚ ਕਾਵਿਸ਼, ਇਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜ ਦੀ ਦੋ ਰੋਜ਼ਾ ਕਾਨਫਰੰਸ ਦੇ ਬਾਰੇ ਵਿੱਚ ਅਸੀਂ ਇਹਨਾਂ ਦੀ ਰਾਏ ਲੈਂਦੇ ਹਾਂ।
जी सत श्री अकाल जी। सत श्री अकाल जी, टैग टीवी दे सारे ही श्रोतियां नू दर्शकां नू मेरे वालों बहुत बहुत सत श्री अकाल, सलाम अलैकुम। साढ़े नाल हर टाइम मुंडे मुंडा ला के टैग टीवी जिहड़ा ये पंजाबीयत लई कल्ले इत्थे नहीं दुनिया के कोने कोने च ये प्रोग्राम बना रहे हैं। असीं इन्हां दे बहुत धन्नवादी हाँ। आस रखते हाँ कि इस तरह ही यो काम करते रहेंगे ता कि पंजाबी जबान की जिहड़ी प्रफुल्लता आ ਉਹ ਮੀਡੀਆ ਬਗੈਰ ਨਹੀਂ ਹੋਣੀ ਅਤੇ ਅਸੀਂ ਬੜਾ ਫਖਰ ਨਾਲ ਕਹਿ ਸਕਦੇ ਹਾਂ ਕਿ ਟਾਈਪ ਟੀ ਵੀ ਸਾਡਾ ਬਿਲਕੁਲ ਘਰ ਦਾ ਟੀ ਵੀ ਪ੍ਰੋਗਰਾਮ ਆ ਅਤੇ ਹਰ ਟਾਈਮ ਸਾਡੇ ਨਾਲ ਹੁੰਦੇ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।